ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਪ੍ਰਭ ਰੱਖੇ ਆਪ ਤਿੰਨ ਕੋਈ ਨਾ ਸਾਰ ਮਾਰੀ, ਜੋ ਪ੍ਰਭ ਰੱਖੇ ਆਪ ਤਿੰਨ ਕੋਈ ਨਾ ਮਾਰੀ, ਅੰਦਰ ਨਾਮ ਨਿਧਾਉ ਸਦਾ ਗੁਣ ਗੁਣ ਸਾਰੀ। ਏਕਾ ਟੇਕ ਅਗਮ ਮਨ ਤਨ ਪ੍ਰਭ ਧਾਰੀ, ਲੱਗਾ ਰੰਗ ਅਪਾਰ ਕੋ ਨਾ ਉਤਾਰੀ, ਗੁਰਮੁਖ ਹਰ ਗੁਣ ਗਾਏ ਸਹਿ ਸੁਖ ਸਾਰੇ, ਨਾਨਕ ਨਾਮ ਨਿਧਾਨ ਹਿਰਦੇ ਔਰ ਧਾਰੀ। ਨਾਨਕ ਨਾਮ ਨਿਧਾਨ ਹਿਰਦੇ ਔਰ ਹਾਰੀ, ਜੋ ਪ੍ਰਭ ਰੱਖੇ ਆਪ ਤਿੰਨ ਕੋਈ ਨਾ ਮਾਰੀ। ਪੰਜੇ ਪਾਤਸ਼ਾਹ ਪ੍ਰਮਾਣ ਕਹਿੰਦੇ ਜਿਸ ਨੂੰ ਪ੍ਰਭੂ ਆਪ ਰੱਖ ਲਵੇ ਉਸਨੂੰ ਕੋਈ ਸੰਸਾਰ ਦੀ ਸ਼ਕਤੀ ਮਾਰ ਨਹੀਂ ਸਕਦੀ। ਅੰਦਰ ਨਾਮ ਨਿਧਾਉਣ ਸਦਾ ਗੁਣ ਸਾਰੀ, ਜਿਹਨਾਂ ਦੇ ਅੰਦਰ ਨਾਮ ਦਾ ਖਜ਼ਾਨਾ ਹੈ ਉਹ ਸਦਾ ਹੀ ਪਰਮੇਸ਼ੁਰ ਨਾਲ ਜੁੜੇ ਰਹਿੰਦੇ ਨੇ, ਸਾਰੇ ਕਾਜ ਉਹਨਾਂ ਦੇ ਸਰਦੇ ਨੇ। ਏਕਾ ਟੇਕ ਅਗਮ ਮਨ ਤਨ ਪ੍ਰਭ ਧਾਰੜੀ, ਇੱਕ ਉਸਨੇ ਅਕਾਲ ਪੁਰਖ ਦੀ ਟੇਕ ਲਈ ਹੁੰਦੀ, ਜਿਹੜਾ ਅਗਮ ਹੈ ਮਨ ਇੰਦਰੀਆਂ ਪ੍ਰਾਣਾਂ ਦੁਆਰਾ ਉਸਨੂੰ ਜਾਣੇ ਨਹੀਂ ਜਾ ਸਕਦਾ। ਮਨ ਤਨ ਪ੍ਰਭ ਧਾਰੀ, ਔਰ ਮਨ ਦੇ ਔਰ ਤਨ ਦੇ ਜਿਹਨਾਂ ਨੇ ਪ੍ਰਭੂ ਨੂੰ ਧਾਰਨ ਕੀਤਾ ਹੋਇਆ, ਲੱਗਾ ਰੰਗ ਅਪਾਰ ਕੋ ਨਾ ਉਤਾਰੀ। ਐਸਾ ਰੰਗ ਪਰਮੇਸ਼ਰ ਦੇ ਪਿਆਰ ਦਾ ਲੱਗਾ ਹੁੰਦਾ ਕੋਈ ਉਤਾਰ ਹੀ ਨਹੀਂ ਸਕਦਾ। ਕਾਰੋਬਾਰ ਛੱਡ ਦਿੰਦੇ, ਦੁਨੀਆਦਾਰੀ ਦੇ ਧੰਦੇ ਛੱਡ ਦਿੰਦੇ ਨੇ, ਉਸ ਪਰਮੇਸ਼ਰ ਦੇ ਪਿਆਰ 'ਚ ਲੱਗ ਜਾਂਦੇ ਨੇ। ਗੁਰਮੁਖ ਹਰ ਗੁਣ ਗਾਏ ਸਹਿ ਸੁਖ ਸਾਰੇ, ਗੁਰਮੁਖਾਂ ਦਾ ਕੈਸਾ ਕਰਤਵ ਹੁੰਦਾ, ਹਰ ਹਰੀ ਦੇ ਗੁਣ ਗਾਇਨ ਕਰਦੇ ਨੇ, ਜਿਹਦੇ ਨਾਲ ਉਹਨਾਂ ਨੂੰ ਸਾਰੇ ਤਰ੍ਹਾਂ ਦੇ ਸੁੱਖ ਪ੍ਰਾਪਤ ਹੋਣ। ਸਹਿਜ ਸੁੱਖ ਸਾਰੇ, ਸਹਿਜ ਅਵਸਥਾ ਗਿਆਨ ਅਵਸਥਾ ਪ੍ਰਾਪਤ ਨੇ, ਸਾਰੇ ਸੁੱਖ ਪ੍ਰਾਪਤ ਹੁੰਦੇ ਨੇ। ਨਾਨਕ ਨਾਮ ਨਿਧਾਨ ਹਿਰਦੇ ਔਰ ਹਾਰੀ, ਜਿਹੜਾ ਨਾਮ ਖਜ਼ਾਨਾ ਹੈ ਪਰਮੇਸ਼ੁਰ ਦਾ ਨਾਮ, ਕਹਿੰਦੇ ਉਹਨੇ ਹਿਰਦੇ 'ਚ ਉਧਾਰਨ ਕੀਤਾ, ਜਿੱਦਾਂ ਇੱਦਾਂ ਪਾਇਆ ਹੁੰਦਾ ਜਿੱਦਾਂ ਹਾਰ ਪਾਈਦਾ। ਇਸ ਤਰ੍ਹਾਂ ਪ੍ਰਭੂ ਦੇ ਪ੍ਰੇਮ ਦੇ 'ਚ ਜੁੜੇ ਹੁੰਦੇ ਨੇ ਗੁਰਮੁਖ ਲੋਕ। ਗੁਰਮੁਖ ਹਰ ਗੁਣ ਗਾਏ ਸਹਿਜ ਸੁਖ ਸਾਰੇ, ਗੁਰਨਾਨ ਸਾਹਿਬ ਭਾਈ ਬਾਲਾ ਮਰਦਾਨਾ ਦੇ ਨਾਲ ਜਗ੍ਹਾ ਜਗ੍ਹਾ ਦੇਸ਼ਾ ਰਟਨ ਕਰਦੇ ਹੋਏ ਜੀਆਂ ਦੇ ਕਲਿਆਣ ਵਾਸਤੇ ਹਰ ਜਗ੍ਹਾ ਗਿਆਨ ਉਪਦੇਸ਼ ਕਰਦੇ ਹੋਏ ਤਪਦੇ ਨੇ ਉਠਾਰਦੇ ਹੋਏ ਜਾ ਰਹੇ ਨੇ। ਇੱਕ ਪਿੰਡ ਦੇ 'ਚ ਕੁਛ ਦਿਨ ਨੇ ਉਹਨਾਂ ਨੇ ਨਿਵਾਸ ਕੀਤਾ, ਔਰ ਫਿਰ ਜਦੋਂ ਜਾਣ ਲੱਗੇ ਅੱਗੇ ਨਦੀ ਸੀ ਉੱਥੇ ਇਸ਼ਨਾਨ ਕਰਨ ਲੱਗੇ। ਕੋਈ ਉੱਥੋਂ ਮੁਸਾਫਰ ਆਇਆ ਅਤੇ ਉੱਥੇ ਇਸ਼ਨਾਨ ਕਰਦਾ ਦੇਖ ਕੇ ਉਹ ਸੋਚਦਾ ਮੈਂ ਵੀ ਇਸ਼ਨਾਨ ਕਰ ਲਵਾਂ। ਗੱਲਾਂ ਬਾਤਾਂ 'ਚ ਉਸਨੇ ਬਾਲਾ ਮਰਦਾਨਾ ਨੂੰ ਪੁੱਛਿਆ ਕਿੱਥੋਂ ਆ ਰਹੇ, ਕਹਿੰਦੇ ਹੁਣ ਤਾਂ ਅਸੀਂ ਇਸੇ ਪਿੰਡ ਤੋਂ ਆ ਰਹੇ ਹਾਂ। ਕੈਸੇ ਲੋਕ ਨੇ ਇੱਥੋਂ ਦੇ? ਭਾਈ ਬਾਲਾ ਮਰਦਾਨਾ ਨੇ ਇਸ਼ਾਰਾ ਕੀਤਾ ਗੁਰੂ ਨਾਨਕ ਸਾਹਿਬ ਹੀ ਦੱਸਣਗੇ। ਕਹਿਣ ਲੱਗਾ ਮਹਾਰਾਜ ਮੈਂ ਆਪਣਾ ਕਾਰੋਬਾਰ ਵਧਾਉਣਾ ਚਾਹੁੰਦਾ ਅਤੇ ਮੈਂ ਚਾਹੁੰਦਾ ਮੈਂ ਇੱਥੇ ਵੀ ਆਪਣਾ ਕਾਰੋਬਾਰ ਕਰ ਲਵਾਂ।
ਗੁਰਨਾਥ ਸਾਹਿਬ ਕਹਿਣਗੇ ਜਿੱਥੋਂ ਆਏ ਉੱਥੋਂ ਦੇ ਕੈਸੇ ਲੋਕ ਨੇ, ਵੀ ਇੱਥੇ ਪਿੰਡ ਦੇ ਲੋਕਾਂ ਬਾਰੇ ਜੋ ਪੁੱਛਦਾ ਪਿਆ ਵੀ ਇਹ ਕੈਸੇ ਲੋਕ ਨੇ ਜੇ ਤੁਸੀਂ ਆਏ ਹੋ ਉੱਥੋਂ ਦੇ ਲੋਕ ਕੈਸੇ ਨੇ, ਕਹਿੰਦਾ ਮਹਾਰਾਜ ਉੱਥੇ ਦੇ ਤਾਂ ਪੁੱਛੋ ਨਾ ਪਾਓ, ਬੜੇ ਦੁਸ਼ਟ ਲੋਕ ਨੇ, ਹਰ ਵੇਲੇ ਨਿੰਦਾ ਚੁਗਲੀ ਕਰਦੇ ਰਹਿੰਦੇ ਨੇ, ਜੇ ਵਿਚਾਰੀ ਲੋਕ ਨੇ, ਅੱਛੇ ਲੋਕ ਨਹੀਂ ਨੇ। ਇਸ ਕਰਕੇ ਮੈਂ ਪੁੱਛਦਾ ਇੱਥੋਂ ਦੇ ਕੈਸੇ ਲੋਕ ਨੇ। ਗੁਰਨਾਥ ਸਾਹਿਬ ਦੱਸਣ ਲੱਗੇ ਇੱਥੋਂ ਦੇ ਵੀ ਵੈਸੇ ਲੋਕ ਨੇ, ਜਿਸ ਪ੍ਰਕਿਰਤੀ ਦੇ ਨੇ, ਨਿੰਦਾ ਚੁਗਲੀ ਕਰਨ ਵਾਲੇ ਵਿਚਾਰੀ ਲੋਕ ਨੇ, ਅੱਛੇ ਲੋਕ ਨਹੀਂ ਨੇ। ਚਲਾ ਗਿਆ ਉਹ, ਸੋਚਦਾ ਵੀ ਇੱਥੇ ਵੀ ਐਸੇ ਲੋਕ ਨੇ। ਗੁਰਨਾਥ ਸਾਹਿਬ ਥੋੜ੍ਹੀ ਅੱਗੇ 'ਚ ਪਹੁੰਚੇ, ਜਦੋਂ ਰਸਤੇ 'ਚ ਇੱਕ ਹੋਰ ਬੰਦਾ ਆ ਰਿਹਾ ਸੀ, ਉਸੇ ਪਿੰਡ ਨੂੰ ਜਾ ਰਿਹਾ, ਕਹਿੰਦੇ ਇਸ ਪਿੰਡ ਦੇ ਰਸਤਾ ਹੀ, ਕਹਿੰਦੇ ਹਾਂ ਹੀ ਰਸਤਾ ਜਾਂਦਾ, ਕਹਿੰਦਾ ਮੈਂ ਇੱਥੇ ਇੱਕ ਨਿਵਾਸ ਕਰਨਾ ਚਾਹੁੰਦਾ, ਕਿਉਂਕਿ ਮੈਨੂੰ ਡਾਕਟਰ ਨੇ ਦੱਸਿਆ ਵੀ ਥੋੜ੍ਹੀ ਤੁਸੀਂ ਖੁੱਲ੍ਹੀ ਹਵਾ 'ਚ, ਖੁੱਲ੍ਹੇ ਪਾਣੀ, ਠੰਡੇ ਪਾਣੀ, ਤਾਜ਼ੇ ਪਾਣੀ ਦੀ ਵਾਲੀ ਜਗ੍ਹਾ ਰਹੋ ਤਾਂ ਤੁਹਾਡਾ ਰੋਗ ਦੂਰ ਹੋ ਜਾਏਗਾ, ਇਸ ਕਰਕੇ ਮੈਂ ਖੁੱਲ੍ਹੇ ਵਾਤਾਵਰਣ 'ਚ ਰਹਿਣ ਵਾਸਤੇ ਆਪਣਾ ਨਿਵਾਸ ਬਦਲਣਾ ਚਾਹੁੰਦਾ, ਅਤੇ ਮੈਂ ਜਾਣਨਾ ਚਾਹੁੰਦਾ ਇੱਥੇ ਦੇ ਲੋਕ ਕੈਸੇ ਨੇ। ਗੁਰਨਾਥ ਸਾਹਿਬ ਕਹਿਣ ਲੱਗੇ ਜਿੱਥੋਂ ਆਏ ਉੱਥੋਂ ਦੇ ਕੈਸੇ ਲੋਕ ਨੇ, ਕਹਿੰਦੇ ਮੈਂ ਸਾਡੇ ਉੱਥੇ ਦੇ ਲੋਕ ਬਹੁਤ ਅੱਛੇ, ਬੜੇ ਮਿਲਨਸਾਰ ਨੇ, ਦੁਖੀ ਦੀਨ ਦੀ ਸੇਵਾ ਕਰਨ ਵਾਲੇ ਨੇ, ਸਾਧੂ ਮਹਾਤਮਾ ਦੀ ਸੇਵਾ ਕਰਨ ਵਾਲੇ ਨੇ, ਸਤਸੰਗੀ ਬੰਦੇ ਨੇ, ਲੇਕਿਨ ਮੇਰੀ ਮਜਬੂਰੀ ਹੈ, ਮੈਨੂੰ ਡਾਕਟਰ ਨੇ ਕਿਹਾ ਕੁਛ ਥੋੜ੍ਹਾ ਚਿਰ ਕੋਈ ਖੁੱਲ੍ਹੀ ਹਵਾ ਦੇ ਵਿੱਚ ਵਾਤਾਵਰਨ 'ਚ ਰਹੋ, ਇੱਥੇ ਸ਼ਹਿਰ ਦੀ ਵਾਤਾਵਰਣ ਦੀ ਹਵਾ ਦੂਸ਼ਿਤ ਵਾਯੂ ਹੈ, ਦੂਸ਼ਿਤ ਜਲ ਹੈ, ਸ਼ਹਿਰਾਂ ਦਾ ਜਲ ਔਰ ਵਾਯੂ ਅੱਛੀ ਨਹੀਂ ਹੁੰਦੀ, ਇਸ ਕਰਕੇ ਮੈਨੂੰ ਕਿਹਾ ਕਿ ਪਹਾੜ ਦੀ ਜਗ੍ਹਾ ਜਾ ਕੇ ਰਹੋ। ਤਾਂ ਮੈਂ ਇਸ ਕਰਕੇ ਜਾਣਨਾ ਚਾਹੁੰਦਾ ਸੀ ਵੀ ਇੱਥੇ ਤੋਂ ਕੈਸੇ ਲੋਕ ਨੇ, ਕਿਉਂਕਿ ਮੈਂ ਇੱਥੇ ਕਾਫੀ ਸਮਾਂ ਰਹਿਣਾ ਚਾਹੁੰਦਾ। ਅਤੇ ਮਹਾਰਾਜ ਨੂੰ ਜਦੋਂ ਉਹਨੇ ਦੱਸਿਆ ਵੀ ਸਾਡੇ ਉੱਥੇ ਦੇ ਲੋਕ ਬਹੁਤ ਅੱਛੇ, ਬੜੇ ਸਤਸੰਗੀ ਨੇ, ਦੂਸਰੇ ਦੇ ਮੁਸ਼ਕਿਲ 'ਚ ਕੰਮ ਆਉਣ ਵਾਲੇ ਨੇ, ਗੁਰਨਾਨ ਸਾਹਿਬ ਕਹਿਣਗੇ ਇੱਥੇ ਦੇ ਲੋਕ ਵੀ ਵੈਸੇ ਹੀ ਨੇ, ਬਹੁਤ ਅੱਛੇ ਲੋਕ ਨੇ, ਬੜੇ ਸਤਸੰਗੀ ਨੇ, ਬੜੇ ਪ੍ਰੇਮੀ ਨੇ, ਬੜੀ ਸੇਵਾ ਕਰਨ ਵਾਲੇ ਨੇ। ਫਿਰ ਕਹਿੰਦਾ ਮੈਂ ਫਿਰ ਇੱਥੇ ਨਿਵਾਸ ਕਰਾਂਗਾ। ਥੋੜ੍ਹਾ ਅੱਗੇ ਚੱਲੇ ਭਾਈ ਮਰਾਲਾ ਮਰਦਾਨਾ ਗੁਰਨਾਨ ਸਾਹਿਬ ਨੂੰ ਪੁੱਛਦਾ, ਮਹਾਰਾਜ ਇਹ ਦੋਨਾਂ ਨੇ ਇੱਕੋ ਪਿੰਡ ਬਾਰੇ ਪੁੱਛਿਆ, ਇਸੇ ਪਿੰਡ ਬਾਰੇ ਗੱਲ ਕਰ ਰਹੇ ਸਰ। ਪਹਿਲੇ ਨੇ ਪੁੱਛਿਆ ਵੀ ਮੈਂ ਇੱਥੇ ਵਪਾਰ ਕਰਨਾ ਹੈ, ਕੁਛ ਵਪਾਰ ਫੈਲਾਉਣਾ ਮੈਂ ਆਪਣਾ, ਅਤੇ ਇੱਥੇ ਵੀ ਮੈਂ ਵਪਾਰ ਕਰਨਾ ਚਾਹੁੰਦਾ ਤਾਂ ਕੈਸੇ ਲੋਕ ਨੇ, ਤੁਸੀਂ ਕਿਹਾ ਬੜੇ ਦੁਸ਼ਟ ਲੋਕ ਨੇ, ਬੜੇ ਪਾਪੀ ਲੋਕ ਨੇ, ਵਿਚਾਰੀ ਲੋਕ ਨੇ, ਨਿੰਦਾ ਚੁਗਲੀ ਕਰਨ ਵਾਲੇ ਲੋਕ ਨੇ, ਅਤੇ ਹੁਣ ਇਹ ਬੰਦੇ ਨੇ ਪੁੱਛਿਆ ਤੁਸੀਂ ਕਿਹਾ ਬੜੇ ਚੰਗੇ ਲੋਕ ਨੇ, ਬੜੇ ਸਤਸੰਗੀ ਲੋਕ ਨੇ, ਅਤੇ ਸਾਨੂੰ ਤਾਂ ਬਾਤ ਸਮਝ ਹੀ ਨਾ ਆਈ ਕੋਈ, ਇੱਕੋ ਪਿੰਡ ਦੇ ਵਿੱਚ ਹੁਣੇ ਉਸੇ ਇਸ ਪਿੰਡ 'ਚੋਂ ਆਏ ਹਾਂ, ਅਤੇ ਇਹ ਗੱਲ ਸਾਡੇ ਸਮਝ ਨਹੀਂ ਆ ਰਹੀ, ਤੁਸੀਂ ਕਿਸ ਤਰ੍ਹਾਂ ਇਹ ਐਸੇ ਬਚਨ ਕਹੇ। ਗੁਰਨਾਥ ਸਾਹਿਬ ਕਹਿੰਦੇ ਜਿਸ ਤਰ੍ਹਾਂ ਦੀ ਕੋਈ ਆਪ ਹੁੰਦਾ ਨਾ ਉਹਨੂੰ ਵੈਸੇ ਹੀ ਦਿਸਦੇ ਨੇ ਸਾਰੇ, ਚੋਰੋਂ ਕੋ ਸਾਰੇ ਨਜ਼ਰ ਆਤੇ ਹੈ ਚੋਰ, ਜਿਹੜੇ ਚੋਰ ਹੁੰਦੇ ਸਾਰੇ ਚੋਰ ਨਜ਼ਰ, ਕੋਈ ਚੀਜ਼ ਪਈ ਹੈ ਚੋਰ ਉਹਦੀ ਤਾਕ 'ਚ ਬੈਠਾ, ਤਾਂ ਕੋਈ ਹੋਰ ਬੰਦਾ ਬੈਠਾ ਉਹ ਭਾਵੇਂ ਹੋਰ ਖਿਆਲ 'ਚ ਬੈਠਾ ਹੋਵੇ, ਤਾਂ ਉਸ ਕਹਿੰਦਾ ਇਹ ਵੀ ਇਸੇ ਦੀ ਤਾਕ 'ਚ ਬੈਠਾ, ਇਹ ਵੀ ਇੱਥੇ ਦਾ ਲਾ ਕੇ ਬੈਠਾ, ਕਿਉਂਕਿ ਚੋਰਾਂ ਨੂੰ ਸਾਰੇ ਚੋਰ ਹੀ ਨਜ਼ਰ ਆਉਂਦੇ ਨੇ, ਅੱਛੇ ਬੰਦੇ ਨੂੰ ਸਾਰੇ ਅੱਛੇ ਬੰਦੇ ਨਜ਼ਰ ਆਉਂਦੇ ਨੇ, ਅੰਦਰ ਦੀ ਗੱਲ ਹੁੰਦੀ ਹੈ, ਜਿਹਦੇ ਅੰਦਰ ਜੈਸਾ ਹੈ ਉਹਨੂੰ ਵੈਸਾ ਹੀ ਨਜ਼ਰ ਆਉਂਦਾ, ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ, ਜਦੋਂ ਦੀ ਨਜ਼ਰ ਆਉਂਦੀ ਵੈਸੇ ਲੋਕਾਂ ਨੂੰ ਵੀ ਸਮਝਦਾ, ਵਿਵਚਾਰੀ ਬੰਦਾ ਸਮਝਦੇ ਸਾਰੇ ਵਿਵਚਾਰੀ ਨੇ, ਸਤਸੰਗੀ ਬੰਦਾ ਸਮਝਦੇ ਸਾਰੇ ਸਤਸੰਗੀ ਨੇ, ਬੜੇ ਅੱਛੇ ਲੋਕ ਨੇ, ਕਹਿੰਦੇ ਅੰਦਰ ਦੀ ਦ੍ਰਿਸ਼ਟੀ ਹੁੰਦੀ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ, ਜੈਸੀ ਜੈਸਾ ਪਾਣੀ ਤੈਸੀ ਬਾਣੀ, ਜਿੱਦਾਂ ਦਾ ਪਾਣੀ ਪੀਂਦਾ ਸਤਸੰਗ ਵਾਲੀ ਜਗ੍ਹਾ 'ਤੇ ਪੀਂਦਾ ਤਾਂ ਬੜੀ ਸਰੀਰ ਨੂੰ ਠੰਡਕ ਦਿੰਦਾ, ਸ਼ਾਂਤੀ ਦਿੰਦਾ, ਹੁਣ ਕਿਤੇ ਵਿਚਾਰੀ ਜਗ੍ਹਾ 'ਤੇ ਪਾਣੀ ਪੀਂਦਾ ਤਾਂ ਮਨ ਵਿਰਾਗ
ਵਿਰਾਗ ਤੋਂ ਹਟ ਕੇ ਵੀ ਵਿਚਾਰ ਵਾਲੇ ਪਾਸੇ ਚੱਲ ਜਾਂਦਾ। ਕਹਿੰਦੇ ਅੰਦਰ ਦੀ ਗੱਲ ਹੈ ਸਾਰੀ, ਜਿਹਦਾ ਅੰਦਰ ਜੈਸਾ ਹੈ ਉਹਨੂੰ ਵੈਸਾ ਹੀ ਪ੍ਰਤੀਤ ਹੁੰਦਾ। ਹਰ ਸ਼ਹਿਰ 'ਚ, ਹਰ ਪਿੰਡ 'ਚ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ, ਲੇਕਿਨ ਮਿਲਾਪ ਉਹਨਾਂ ਦਾ ਆਪਸ ਹੁੰਦਾ ਜਿਹਨਾਂ ਨਾਲ ਉਹਨਾਂ ਦਾ ਮਨ ਮਿਲਦਾ। ਸਤਸੰਗੀਆਂ ਦਾ ਮਨ ਸਤਸੰਗੀਆਂ ਨਾਲ ਮਿਲਦਾ, ਉਹ ਸਤਸੰਗੀ ਇਕੱਠੇ ਹੋ ਕੇ ਬੈਠਦੇ ਨੇ, ਵਿਵਚਾਰੀ ਲੋਕ ਵਿਵਚਾਰੀਆਂ ਨਾਲ ਇਕੱਠੇ ਹੋ ਕੇ ਬੈਠਦੇ ਨੇ। ਹਰ ਤਰ੍ਹਾਂ ਦਾ ਸੰਗ ਕੁਸੰਗ ਹਰ ਜਗ੍ਹਾ ਮਿਲ ਜਾਂਦਾ, ਅਤੇ ਉਹਦੀ ਜਿਸ ਤਰ੍ਹਾਂ ਦੀ ਇੱਛਾ ਹੁੰਦੀ, ਭਾਵਨਾ ਹੁੰਦੀ ਹੈ, ਉਸੇ ਤਰ੍ਹਾਂ ਦਾ ਸੰਗ ਉਹਨੂੰ ਪ੍ਰਾਪਤ ਹੋ ਜਾਂਦਾ। ਅਤੇ ਜੇ ਜਿੱਥੋਂ ਆਇਆ ਸੀ ਕਹਿੰਦੇ ਬੜੇ ਦੁਸ਼ਟ ਲੋਕ ਨੇ, ਇਹਦਾ ਮਤਲਬ ਇਹ ਆਪ ਹੀ ਦੁਸ਼ਟ ਲੋਕ ਹੈ, ਕਿਉਂਕਿ ਦੂਜਿਆਂ ਨੂੰ ਦੁਸ਼ਟ ਸਮਝਦਾ, ਵਿਵਚਾਰੀ ਸਮਝਦਾ, ਨਿੰਦਾ ਚੁਗਲੀ ਵਾਲਾ ਸਮਝਦਾ। ਇਹਦੇ ਨਾਲ ਲੱਗਦਾ ਚੁਗਲੀ ਵਾਲੇ ਕੋਲ ਬੈਠਦਾ ਹੋਏਗਾ ਨਾ, ਤਾਂ ਹੀ ਉਹਨੂੰ ਪਤਾ ਲੱਗਿਆ ਵੀ ਨਿੰਦਾ ਚੁਗਲੀ ਕਰਦੇ ਨੇ। ਜੇ ਨਿੰਦਾ ਚੁਗਲੀ ਵਾਲੇ ਕੋਲ ਬੈਠਦਾ ਹੀ ਨਹੀਂ, ਉਹਨੂੰ ਕੀ ਪਤਾ ਲੱਗਣਾ ਕੋਈ ਨਿੰਦਾ ਚੁਗਲੀ ਕਰਦਾ ਜਾਂ ਬੁਰੇ ਕੰਮ ਕਰਦਾ। ਬੁਰੇ ਕੰਮ ਜਾਂ ਨਿੰਦਾ ਚੁਗਲੀ ਉਹਨੂੰ ਤਾਂ ਹੀ ਪਤਾ ਲੱਗੀ ਜੇ ਉਹਨਾਂ 'ਚ ਬੈਠਦਾ। ਜਿਹੜੇ ਬੈਠਦੇ ਨੇ ਉਹਨੂੰ ਕੀ ਪਤਾ ਕੀ ਕਰਦਾ ਕੋਈ। ਜਿਹੜੇ ਸਤਸੰਗੀਆਂ 'ਚ ਬੈਠਦਾ, ਦਿਆਲੂ ਲੋਕਾਂ 'ਚ ਬੈਠਦਾ, ਦੂਜੇ ਸੇਵਾ ਸਿਮਰਨ ਵਾਲਿਆਂ 'ਚ ਬੈਠਦਾ, ਤਾਂ ਉਹਨੂੰ ਇਹ ਪਤਾ ਲੱਗਣਾ ਵੀ ਇਹ ਸਾਰੇ ਲੋਕ ਸੇਵਾ ਸਿਮਰਨ ਵਾਲੇ ਨੇ, ਬੜੇ ਅੱਛੇ ਲੋਕ ਨੇ, ਸੇਵਾ ਕਰਨ ਵਾਲੇ ਲੋਕ ਨੇ, ਕਿਉਂਕਿ ਤਾਂ ਸੰਗ ਹੀ ਵੈਸਾ। ਇਸ ਕਰਕੇ ਦੋਨਾਂ ਨੂੰ ਦੱਸਿਆ ਉਹਨਾਂ ਦੀ ਮਰਜ਼ੀ ਦੇ ਮੁਤਾਬਕ, ਜਿਹਨਾਂ ਦੇ ਮਨ ਦੀ ਅਵਸਥਾ ਹੈ ਅਤੇ ਵੈਸੀ ਜਗ੍ਹਾ ਹੈ ਉਹ, ਜੇ ਉੱਥੇ ਜਾਏਗਾ ਉੱਥੇ ਉਹਨੂੰ ਸਤਸੰਗੀ ਵੀ ਮਿਲ ਜਾਣੇ ਨੇ, ਅੱਛੇ ਲੋਕ ਵੀ ਮਿਲ ਜਾਣੇ ਨੇ, ਅਤੇ ਦੂਸਰੇ ਨੂੰ ਦੁਰਾਚਾਰੀ ਲੋਕ ਵੀ ਮਿਲ ਜਾਣੇ, ਦੁਸ਼ਟ ਲੋਕ ਵੀ ਮਿਲ ਜਾਣੇ, ਕਿਉਂਕਿ ਹਰ ਸ਼ਹਿਰ 'ਚ ਹਰ ਤਰ੍ਹਾਂ ਦਾ ਬੰਦਾ ਰਹਿੰਦਾ। ਇਸ ਕਰਕੇ ਜਿਹੜੇ ਗੁਰਮੁਖ ਨੇ ਉਹ ਸਿਰਫ ਪਰਮੇਸ਼ੁਰ ਦੇ ਗੁਣ ਗਾਇਨ ਕਰਦੇ ਨੇ, ਅਤੇ ਸਹਿਜ ਅਵਸਥਾ ਗਿਆਨ ਅਵਸਥਾ ਹੁੰਦੀ ਉਹਨਾਂ ਦੀ, ਔਰ ਸਾਰੇ ਤਰ੍ਹਾਂ ਦੇ ਸੁੱਖ ਵੀ ਉਹਨਾਂ ਨੂੰ ਪ੍ਰਾਪਤ ਹੁੰਦੇ ਨੇ। ਇਸ ਕਰਕੇ ਪੰਜਵੇਂ ਪਾਤਸ਼ਾਹ ਪਰਮਾਤਮਾ ਕਹਿੰਦੇ ਗੁਰਮੁਖ ਹਰ ਗੁਣ ਗਾਏ ਸਹਿਜ ਸੁਖ ਸਾਰੇ। ਗੁਰਮੁਖ ਬੰਦੇ ਕਹਿੰਦੇ ਹਰੀ ਦੇ ਗੁਣ ਗਾਇਨ ਕਰਦੇ ਨੇ, ਸਹਿਜ ਅਵਸਥਾ ਗਿਆਨ ਅਵਸਥਾ ਹੈ, ਔਰ ਸਾਰੇ ਸੁੱਖ ਉਹਨਾਂ ਨੂੰ ਪ੍ਰਾਪਤ ਨੇ। ਨਾਨਕ ਨਾਮ ਨਿਧਾਮ ਹਿਰਦੇ ਉਰਧਾਰੀ, ਫਿਰ ਉਹਨਾਂ ਕਿਉਂਕਿ ਹਿਰਦੇ 'ਚ ਪਰਮੇਸ਼ੁਰ ਦੇ ਨਾਮ ਨੂੰ ਇੱਦਾਂ ਧਾਰਨ ਕੀਤਾ ਜਿੱਦਾਂ ਗਲੇ 'ਚ ਹਾਰ ਪਾਈਦਾ। ਨਾਨਕ ਨਾਮ ਨਿਧਾਨ ਹਿਰਦੇ ਉਰਹਾਰੀ, ਹਰ ਵੇਲੇ ਉਹ ਪਰਮੇਸ਼ੁਰ ਦੇ ਸਿਮਰਨ 'ਚ ਲੱਗੇ ਹੁੰਦੇ ਨੇ। ਉਹ ਜਿਹੜੇ ਫਿਰ ਹਰ ਵੇਲੇ ਸਿਮਰਨ 'ਚ ਲੱਗੇ ਰਹਿੰਦੇ ਨੇ, ਉਹਨਾਂ ਨੂੰ ਸਾਰੇ ਹੀ ਸੰਤ ਲੋਕ ਹੀ ਨਜ਼ਰ ਆਉਂਦੇ ਨੇ, ਸਭ ਅੱਛੇ ਹੀ ਅੱਛੇ ਨਜ਼ਰ ਆਉਂਦੇ ਨੇ। ਇਹ ਆਪਣੀ ਦ੍ਰਿਸ਼ਟੀ ਹੁੰਦੀ, ਜੈਸੀ ਆਪਣੀ ਦ੍ਰਿਸ਼ਟੀ ਹੈ ਉਹ ਵੈਸਾ ਹੀ ਸੰਸਾਰ ਨੂੰ ਪ੍ਰਤੀਤ ਹੁੰਦਾ ਵੀ ਸਾਰੇ ਲੋਕ ਐਸੇ ਹੀ ਨੇ। ਇਸ ਕਰਕੇ ਮਹਾਰਾਜ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਸਮਝਾਉਂਦੇ ਨੇ, ਭਾਈ ਬਾਲਾ ਮਰਦਾਨਾ ਨੂੰ, ਇਹ ਅੰਦਰ ਦਾ ਜਿਹੜਾ ਹੈ ਦ੍ਰਿਸ਼ਟੀ ਦਾ ਕੰਮ ਹੈ, ਜਿਸ ਦੇ ਅੰਦਰੋਂ ਦ੍ਰਿਸ਼ਟੀ ਜੈਸੀ ਹੁੰਦੀ ਹੈ ਵੈਸੇ ਲੋਕ ਉਹਨੂੰ ਸਾਰੇ ਦਿਸਦੇ ਨੇ। ਇਸ ਕਰਕੇ ਮੈਂ ਉਹਨੂੰ ਪੁੱਛਿਆ ਉੱਥੇ ਕੈਸੇ ਲੋਕ ਰਹਿੰਦੇ ਨੇ, ਤਾਂ ਉਹਨੂੰ ਜੋ ਦੱਸਿਆ ਉਹਦੇ ਮੁਤਾਬਕ ਇੱਥੇ ਵੀ ਉਹ ਲੋਕ ਉਹਨੂੰ ਮਿਲ ਜਾਣਗੇ, ਦੁਸ਼ਟ ਵੀ ਲੋਕ ਮਿਲ ਜਾਣਗੇ, ਅੱਛੇ ਤੋਂ ਅੱਛੇ ਵੀ ਮਿਲ ਜਾਣਗੇ। ਅਤੇ ਜੈਸਾ ਉਹਦਾ ਮਨ ਹੈ ਵੈਸਾ ਉਹਨੂੰ ਸੰਗ ਪ੍ਰਾਪਤ ਹੋ ਜਾਂਦਾ। ਇਸ ਕਰਕੇ ਮਹਾਰਾਜ ਫਰਮਾਨ ਕਰਦੇ ਨੇ ਗੁਰਮੁਖ ਹਰ ਗੁਣ ਗਾਏ ਸਹਿਜ ਸੁਖ ਸਾਰੇ, ਨਾਨਕ ਨਾਮ ਨਿਧਾਮ ਹਿਰਦੇ ਉਰ ਹਾਰੇ। ਤ੍ਰੈਪਾਲ ਦੀ ਹਾਲ ਵਿਚਾਰ ਗੱਲ ਮਾਲਾ ਤਿਲ ਗੱਲਾਂ ਦੋਏ ਦੋਤੀ ਵਸਤ ਪਾਠ ਜੇ ਜਾਣ ਸਭ੍ਰਮੰ ਕਰਮੰ ਸਭ ਹੋ ਕੁਟ ਨਿਸ਼ੇ ਕਹ ਨਾਨਕ ਨੇ ਚੋ ਧਿਆਵੇ ਬਿਨ ਸਤਿਗੁਰ ਵਾਟ ਨਾ ਨਿਪਲ ਦੱਸੇ ਜਨਮਸੇ ਜਾਵਤ ਬ੍ਰਹਮਣਾ ਵਿੰਦਤੇ ਸਾਗਰੰ ਸੰਸਾਰ ਸੇ ਗੁਰ ਪ੍ਰਸਾਦੀ ਤਰੇ ਗੇ ਕਰਨ ਕਾਰਨ ਸਮਰਥ ਕਹਿ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਗੱਲ ਲਖੀ ਧਾਰ ਯੋਗ ਸਬਦੰ ਗਿਆਨ ਸਬਦੰ ਵੇਦ ਸਬਦੰ ਤੇ ਬ੍ਰਾਹਮਣ ਖਤਰੀ ਸਬਦੰ ਜੇ ਕੋ ਜਾਣ ਸਿਭੇ
ਨਾਨਕ ਦਾ ਕੋ ਦਾਸ ਹੈ ਸੋਈ ਨਿਰੰਜਨ ਦੇ ਕ੍ਰਿਸ਼ਨ ਸਰਬ ਦੇਵ ਦੇਵ ਦੇਵਾ ਦੇ ਆਤਮਾ ਆਤਮੰ ਸ਼੍ਰੀ ਵਾਸ ਦੇਵਸ ਜੇ ਕੋ ਜਾਣ ਸਭੇਉ ਨਾਨਕ ਦਾ ਕੋ ਦਾਸ ਸੋਈ ਨਿਰੰਜਨ ਦੇ ਬੰਦਾ ਜਲ ਰਹੇ ਜਲ ਬਿਨ ਗੁਮਨਾ ਰਹੇ ਗੁਰ ਬਿਨ ਗਿਆਨ ਨਾ ਹੋਏ ਅਚਤ ਪਾਵਨ ਪਰਮੇਸ਼ਰ ਅੰਦਰ ਜਾਮੀ ਮਧੂਸੂਦਨ ਨਵਦਨ ਸੁਆਮੀ ਜੀ ਕੇ ਛੋੜਦਨ ਨਾਰੀ ਮੁੱਲੀ ਮਨੋਰ ਹਰੰਗ ਮੋਹਨ ਮਾਧੋ ਕ੍ਰਿਸ਼ਨ ਮੁਰਾਰੇ ਜਗਦੀਸ਼ਰ ਹਰ ਜੋ ਅਸਰ ਸੰਘਾਰੇ ਜਗ ਜੀਵਨ ਮਨਾਸੀ ਠਾਕਰ ਗੜ ਗੜ ਵਾਸੀ ਹੈ ਸੰਗ ਧਰਨੀ ਧਰੀ ਨਰ ਸਿੰਘ ਨਾਰਾਇਣ ਬਾੜਾ ਗਰੇ ਬ੍ਰਹਮ ਨਾਰਾਇਣ ਕਰਦੇ ਸਵਾਮੀ ਸਹਿਤੀ ਹੈ ਚੰਗਾ ਸ਼੍ਰੀ ਰਾਮ ਚੰਦ ਸਰੂਪ ਨਾ ਰੇਖਿਆ ਮਨਵਾਲੀ ਜਗਰਮਾਨ ਦਰਸਨ ਸਹਿਸਨੇ ਮਰਦ ਹੈ ਸਹਿਸਾ ਸਭ ਹੈ ਮੰਗਾ ਭਗਤ ਵਿਚਨ ਨਾਥ ਨਾਥੇ ਓ ਵੀ ਨਾਸਣ ਹੈ ਸਾਨੇ ਵਾਸੇ ਵਰੰਜਨ ਦਾਤੇ ਵਰਨਾ ਸਾਕੋ ਗੁਣਯੰਗਾ ਅੰਨ ਲਖਮੀ ਨਾਰਾਇਣ ਦ੍ਰੋਪਦੀ ਨਿਵਾਨ ਵਾਰਨ ਨਾਰਣ ਲਾਗਨ ਕਰੇ ਗੰਦੂਹਲ ਆਨੰਦ ਵਿਨੋਦੀ ਨੈ ਸੰਗ ਅਭੋਗ ਦਰਸ਼ਨ ਅਜੁਨੀ ਸੰਭਵ ਅਕਾਲ ਮੁਰਿੰਜ ਸਕਦੇ ਨਹੀਂ ਗਾ ਅਵਨਾਸੀ ਅਵਗਤ ਅਗੋਚਰ ਸਮਗਿਜ ਤੁਚੀ ਹੈ ਲਗਾ ਸ੍ਰੀ ਰੰਗ ਵੈਗੁੰਡ ਕੇ ਵਾਸੀ ਮਾਚਨ ਗੁਰ ਮਾਗਿਆ ਅਨਾਸੀ ਇਹ ਸ਼ਲਦ ਕਰੇ ਨਿਰਾਲੇ ਕੀਤਾ ਲੁੜੇ ਸੋ ਹੋਏਗਾ ਨਿਰਾਰੀ ਨਿਰਵੈਰ ਸਮਾਇਆ ਨਾਰਗੇਲ ਜਦਰ ਮਜੇਗਾ ਸਾਵਲ ਸੁੰਦਰ ਮਰਦ ਬਣਾਏ ਬੈਨ ਸੁਨਤ ਸਮੋਏ ਬਨਮਾਲਾ ਬਭੂੰਗਨ ਕਵਨ ਨੈਨ ਸੁੰਦਰ ਗੰਡਨ ਵਗਣ ਵੈਨ ਸੰਜ ਜਗਦਾਰੀ ਮਾਂ ਸਾਰਤੀ ਸਤਸੰਗ ਪੀਰ ਮਦੰਬਰ ਦ੍ਰੈ ਬਵਰਧਣੀ ਜੈ ਨਾਦ ਗੋਪਾਲ ਮੁਖਬੜੀ ਸਾਰ ਨਰ ਭਗਵਾਨ ਮੇਟਲਾ ਗੰਗਨਾ ਆਵੇ ਸਰਬੰਗਾ ਜੈ ਗੰਗਨੇ ਲਿਖੀਆ ਰੰਜੇ ਜਲ ਨਲ ਹੈ ਮਈਆ ਮੁਰਲੋ ਪਿਆਲ ਸਮੇ ਪਦ ਅਸਲ ਨਾਂ ਜਿਸੈ ਅਭਿੰਗਾ ਪਦੇ ਦਵਾਨ ਲੁਕ ਬੈ ਭੰਜਨ ਅਹੰਕਾਰ ਨਿਰਵਾਣ ਹੈ ਭਵੇ ਗੰਡਨ ਦਿਲੋ ਦੀ ਨਿਰ ਭਾਲਾ ਗੁਣੇ ਨਾ ਕਿਦੀ ਆਇਆ ਭਿੰਗਾ ਰੰਗਾਲ ਛਲੜਲ ਜੋ ਸਰੂਪੀ ਸਭ ਜਗਮਾਨ ਸੋ ਮਿੰਜ ਸਾਪ ਮਿਲਾਹੀ ਆਪੇ ਹੋਈ ਨਾ ਪਾਵੇ ਆਪੇ ਗੋਪੀ ਆਪੇ ਖਾਨਾ ਆਪੇ ਗਰਾਵੇ ਮਾਨਾ ਆਪੇ ਗਰਾਵੇ ਮਾਨਾ ਆਪੇ ਅਭਾਵੇ ਆਪੇ ਖਪਾਵੇ ਲੇਪ ਨਾਈ ਕਨੇ ਲੇਰਾਣਾ ਕਵਨ ਬਗਾਨ ਜੀਵ ਗਣ ਕਵਨ ਬਗਾਨ ਦਸ ਭਰੀ ਸ਼ੇਰਾ ਨਾ ਜਾਣ
ஆனந்தபவதிஹேந்திரே புரிய எனது காரண அந்த கனங்கௌரங்க
ਤੈਂ ਗੁਣੀ ਵੇਦਨ ਆਦਤ ਜਮ ਜਾਣ ਦਿਉ ਗੇ ਰਸ ਭਾਤ ਸੋਮ ਸ਼ਬਦ ਮੇਰ ਸਮਾਤਾ ਚਾ ਚਾ ਜਾ ਜਾਣਾ ਢਾਰ ਨਰ ਨਹਿਨ ਕੀ ਸੈਨਾ ਸਾਧਗ ਨਮਕਤ ਪਧਾਰ ਦੇਨਾ ਨਾਗ ਦੁਬਦਾਨ ਬਲ ਕਰਨਾ ਨਾਲ ਸਦਾ ਮਦਮ ਦਾਨ ਰਾਮ ਦਵੇਨ ਨੇਰੀ ਮਨ ਕੇ ਨਾ ਸਾਧਗ ਬ੍ਰਹਮ ਨਾ ਸਾਵਧਾਨ ਗੇ ਤਾਰਨ ਗੁਰ ਤੇਰਾ ਲੈ ਗੋਏ ਕਹਿ ਜਾਹਿ ਬਨ ਸੈਨ ਬਚ ਕਰ ਗੁਰ ਰੋਗ ਮਿੜੇ ਸਭ ਨਨ ਗੁਰ ਕਰਨਾ ਕਰ ਹੋਵੇ ਮੁਕਨਾ ਕਰਨਾ ਗੁਰ ਦੇਵ ਮੁਕਾਤੇ ਨਾਨ ਗੁਰ ਦੇਵ ਮੁਕਾਨੇ ਨਾਨ ਨਾਨਾ ਨੇਦ ਵੇਦ ਜਸ ਗਾਣੇ ਆਤਾ ਦਾਨਾ ਪਾਰ ਬ੍ਰਹਮ ਸਮਾਹਿ ਸਮਾਨ ਹਾਂ ਸਰਾਨ ਗਿਓ ਮੁਖਿਆਨ ਪਾਸ ਕਣੀ ਦਵੈਦ ਗੁਰ ਭੂਰੇ ਮਾਜੇ ਸਮਨਾ ਦੂਰੇ ਬਾਣੀ ਬ੍ਰਹਮ ਸਾਧ ਬਿਓ ਵੇਲਾ ਮਨ ਦਵੈ ਨੂੰ ਸਦਾ ਕੇਲਾ ਮਾਨ ਅਪਮਾਨ ਉਂਝਰ ਗਏ ਜਿਉਂਦੇ ਸੁਭਨ ਭਏ ਬਾਬਾ ਬਾਬਾ ਜਾਗਰਾ ਕੋ ਸੁਭ ਛਾਨ ਅਦਵੈਨ ਆਪ ਮਾਰੇ ਰਵਰੇ ਸਮੇਂ ਪ੍ਰਗਲੇ ਖੰ ਆਦ ਪਾਰ ਨਾਦ ਭਿਖ ਲਾੜੀ ਮਿੱਟੀ ਆ ਸਮੇ ਧਰ ਸਾਨਾ ਸਗੜੇ ਗਿਆਨ ਜੋਗ ਦਾ ਭਵਾਨਾ ਹੀਰ ਭਰੇ ਆਨਮ ਮਾਨੇ ਸਿਲਵੇ ਜੋ ਜਲ ਜਲ ਬੇਨ ਗਾਉ ਐਸੇ ਜੋ ਜਲ ਜਲ ਬੇਨ ਗਾਉ ਐਸੇ ਵਾਦੇਵ ਬੇਨ ਆਵਰ ਨਾਥ ਨਾਨਕ ਆਮ ਸੋਨ ਆਦਮ ਸੋ ਨਾਨਕ ਗੌਣ ਸਰਬ ਵਰਵਾਸੀ ਯਾਰਾ ਲਾਵਣ ਤੀ ਗਗਨ ਮੇ ਦਾਲ ਰਵਿ ਚੰਦਨੀ ਪਾਕ ਮਾਰਵਾ ਮੰਡਲ ਜਨਕ ਮੋਨੀ ਲੋਹ ਪਵਨ ਆਲੋ ਭਵ ਨਵ ਰੋਮਰ ਲਗਲ ਬਨ ਰਾਏ ਫੁਲਨ ਜੋਨੀ ਹਸ ਆਰ ਨਿਓਏ ਵਵ ਉਣਾ ਵੇਰੀਆਂ ਆਰ ਨਿਆਰ ਆਨਾ ਸ਼ਬਦ ਵਾਨ ਨਿਵੇਰੀ ਸਹਿਸ ਰਵ ਰੈਣ ਨਾਰੇ ਰੈ ਦੂਈ ਸਹਿਸ ਮੂਰਤ ਨਾਇਕ ਦੂਈ ਸਹਿਸ ਵਾਨ ਵਿਮਲ ਨਾਇਕ ਵਾਨੀ ਵਾਨੀ ਵੇ ਸਹਿ ਲਵ ਗਾਨੀ ਵਿਨੰਦ ਭੋਵੀ ਵਨ ਸਭ ਵੈ ਜੋ ਜਨ ਹੈ ਸੋਏ ਸਾਏ ਜੋ ਭਰ ਨਟ ਹੋਏ
योग स्वभाव सवार नहीं होया करुण कमल मकरंद लोभिन मनो अनिनि न मोहिया हीर बाजल नानक सारंग होया तेरे नाम वासा नाम निर्वार निभजन मुरारे हर गे नाम विहारण नाम तिरुपत नाम तिरुलसा नाम तिरु अमला नाम तिरु जंदना नाम तिरु नाम नाम निरो माई मसार नाम निरे मजोदाय संगलान नाम धेरा नाम बलवान याद जे के हर नाम तेरा दुर नार अस नारण हर धन है सन संसार हे रविदास नाम निरवार निदार नाम हर रूप दीप सिंह साजन यान कारण जो समय मिला पानी अंग लावर हर मंगलान नमा भूदम निहरा निर्मल वानी सुन बने आने देव देवान बने आन समाई देव समी राम नाई मायो आरने भुरगन रंजन गम भिंजन अलग दीपक जगदीशाय जगदीश भूजन आरोजे सारंग पानी कबीर दास मेरे आर नीरी आर कार निर्वाणी कपाल देवा धुजे मन करने दिने का स्वर्ण गोपाल मेरा नाल मेरा नाल भैया जगन रन भगवान सिंह जैसम गंगे नाल में मंगे गोप
ਬਾਲ ਮੇਰਾ ਨਿਆਨ ਮੇਰਾ ਸਰਵਾਂਗ ਲੁਨਾ ਬਾਉ ਮੇ ਅਸੰਗ ਲੁਨਾ ਸਰਵਾਂਗ ਗਾਲੇ ਮੁਕ ਦੋਨੋ ਅੰਦਵਾਲੇ ਆਣ ਮਹਿੰਦਰ ਬਾਈ ਸਿਰਾ ਨਾ ਹੁਰਦ ਲਾਈ ਮੈਂ ਨਾਹੀ ਦਾਲ ਵਿਗਨਾਮ ਰਹਿਮੈ ਬਾਬਾ ਇੱਕ ਵੀਰ ਮਨ ਮਾਨੇ ਆਲੇ ਮਾਰਿਆ ਹਰਿਆਣਾ ਬੰਦ ਗਏ ਰਾਮ ਦਬ ਦੇਵ ਭੰਗੇ ਲੰਘੇ ਰਾਮ ਨਰ ਲੋਪ ਚੰਡ ਕਾ ਹੋਏ ਗੇ ਸਰਬਤ ਗੋਦੇ ਰਾਨ ਦਾਨ ਮਾਰਿਆ ਭੇਗ ਕਰ ਤੀਨੋ ਸੰਦਨ ਗਾ ਸਵਿਆ ਯਾਤੇ ਪ੍ਰਸੰਨ ਭਾਏ ਆਏ ਮਾਮ ਦੇਵਨ ਗੇ ਨਪ ਮੈਂ ਸੰਗ ਬਾਬਾ ਘਰ ਇੱਕ ਭੇਦੀ ਹਰੇ ਬਾਬ ਆਪੇ ਹਰੇ ਮਿਲ ਧਿਆਨ ਮਿਲਾਵਾ ਲਾਲੇ ਮ੍ਰੇਨ ਅੰਗੇ ਉਹ ਪੰਗੇ ਪਾਵਲ ਹੀ ਸੁਰ ਸਾਧ ਮਿਲਾਵਾ ਗੰਧ ਬਿਗਾਨੀ ਕਰੇ ਗਨ ਅਸ਼ਿਆ ਸੰਗਨੀ ਦੁਨ ਗੰਡਨ ਗੀ ਦੁਨ ਗੰਡਨ ਬਰੰਧਰ ਗੇ ਬਲਨਾ ਭਾਸ਼ਨ ਦੇਗੇ ਬਾਨਨ ਹਾਲ ਮੈਂ ਗੋ ਵਰਦਾਪ ਦੇਵਨ ਵੜਿਓ ਵਰਦਾਪ
हरे नाम सद जाव हर उड़ाला सार भने भने निष्कल अंगे अवदार महाबलि अवदार धन रचया सागरे सिंहार दया धर्म चलाए जग होवे हवन हार नानक घर जगदार से घर कीर्तन नाम यधार दरबार में देरो दरबार संज हंडब से नरंगारा लक्ष्मी घणे धुमरे द्वारा सब देव दे घर नमस्कार नानक गुरु गोविंद सिंह पूरण गुरे अवधार जगमग ज्योत विराज रहे श्री अब चल नगर मजार द्वार द्वार आस गोविंद सामना साहिब तेरे राम रंग ननि संग ने आपन अरूप रामदास गुर महाराज हे रामदास नर महाराज करुणिए नम द्वारे महाराज सदगुर धन राखिए महाराज गंगा गंगे महाराज भंजन मेरवाजन मेरवान भंजन मेरवान दास राखिए महाराज गुण गाय अलख ब्रव राखिए महाराज महाराज कण कण देव जाए मेरी नरपणे बम्बे दो
I'm the one who's